ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਲਿਖੀ ਹੋਈ ਗੁਰੂ ਨਾਨਕ ਪਾਤਸ਼ਾਹ ਤੇ ਸਿੱਧਾਂ ਦੇ ਵਿਚਾਰ ਹੋਈ ਇੱਕ ਵਾਰ ਤਲਾਪਸੀ ਪੜ ਰਹੇ ਸਾਂ ਆ ਉਸ ਦਾ ਤੀਸਰਾ ਤੇ ਆਖੀਰਲਾ ਪਾਠ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਇਸ ਭਾਗ ਵਿੱਚ ਆਪ ਜੀ ਨੇ ਸਿੱਧਾਂ ਨੂੰ ਇਹ ਸਮਝਾਇਆ ਕਿ ਅਸੀਂ ਪਰ ਮਾਤਮਾ ਦੇ ਮਾਸ਼ੂਕ ਕਿਵੇਂ ਬਣਨਾ ਹੈ ਤੇ ਜੀਦਾਨ ਕੀ ਹੈ ਤੇ ਨਿਰਾ ਸਮਝਾਇਆ ਹੀ ਨਹੀਂ ਤੇ ਉਹਨਾਂ ਨੂੰ ਜੀਦਾਨ ਦੇ ਕੇ ਕਿਵੇਂ ਸਿੱਧੇ ਰਸਤੇ ਪਾਇਆ ਆਓ ਪਿਆਰ ਨੂੰ ਸਰਮੁਣ ਕਰਨ ਦੀ ਕੋਸ਼ਿਸ਼ ਕਰੀਏ ਜੀ ਪਿਛਲੇ ਭਾਗ ਵਿੱਚ ਜੋ ਬਹਾਵਲ ਨੇ ਪੁੱਛਿਆ ਸੀ ਕਿ ਤੁਸੀਂ ਕੋਈ ਰਿਆਜ਼ਤ ਤਪ ਕਰਕੇ ਮੁਸ਼ਕਿਓ ਜਾਂ ਤਰੋਂ ਕੋਈ ਸੁਨੇਹਾ ਲੈ ਕੇ ਆਇਓ ਤਾਂ ਸਤਿਗੁਰਾਂ ਨੇ ਮਦਰ ਸੁਰਾਂ ਵਿੱਚ ਇਹ ਸ਼ਬਦ ਗਾਇਆ ਸੀ ਹਉ ਟਾੜੀ ਵੇਕਾਰ ਕਰ ਐ ਲਾਇਆ ਰਾਤ ਦੇ ਹੈ ਕਵਾਰ ਤੁਰੋਂ ਫਰਮਾਇਆ ਢਾੜੀ ਸੱਚੇ ਮਹਿਲ ਖਸਮ ਬੁਲਾਇਆ ਸੱਚੀ ਸਿਫਤ ਸਲਾਹਾ ਕਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਖਾਦਾ ਰਜ ਤਿੰਨ ਸੁਖ ਪਾਇਆ ਢਾੜੀ ਕਰੇ ਪਸਾਉ ਸ਼ਬਦ ਵਜਾਇਆ ਨਾਨਕ ਸਤ ਸਲਾਹਾ ਪੂਰਾ ਪਾਇਆ ਤਤ ਜਤੀ ਆਖਦਾ ਹੈ ਤਤ ਤੁਸੀਂ ਤੋਰੋਂ ਆਇਓ ਤੇ ਤੋਰੋਂ ਕੁਝ ਲੈ ਕੇ ਆਇਓ ਦਸੋ ਕੀ ਲਿਆਏ ਹੋ ਮਿਹਰ ਕਰੋ ਗੁਰੂ ਜੀ ਜੀਦਾਨ ਜਤੀ ਉਸ ਤੋਂ ਕੀ ਮੁਰਾਦ ਹੈ ਨੇਕ ਅਮਲ ਸ਼ੁਧਾ ਚਰਨ ਇਹ ਜੀਦਾਨ ਗੁਰੂ ਜੀ ਅਸੂ ਜੀਵਨ ਦੇ ਸਾਹਮਣੇ ਇਹ ਜੀਵਨ ਹੈ ਪਰ ਆਤਮ ਜੀਵਨ ਦੇ ਸਾਹਮਣੇ ਇਹ ਜੀਵਨ ਨਹੀਂ ਨੀਮਾ ਤੇ ਮੁਰਦਾ ਹੈ ਮਾਨੁ ਜਤੀ ਇਸ ਦੀ ਲੋੜ ਨਹੀਂ ਗੁਰੂ ਜੀ ਲੋੜ ਤਾਂ ਬੜੀ ਭਾਰੀ ਹੈ ਇਹੋ ਤਾਂ ਨਹੀਂ ਹੈ ਇਹੋ ਤਾਂ ਮੈਂ ਸਿਖਾ ਲੈਣਾ ਹੈ ਪਰ ਜੋ ਮੈਂ ਕਹਿ ਰਿਹਾ ਹਾਂ ਉਹ ਜੀਵਨ ਹੈ ਇਸ ਤੋਂ ਅਗੇਰੀ ਦੀ ਗੱਲ ਹੈ ਕਿਕਰ ਨੂੰ ਪਤ ਨਿਕਲ ਆਏ ਤੁਸੀਂ ਕਹਿੰਦੇ ਹੋ ਬ੍ਰਿਚ ਹੋ ਗਿਆ ਮੈਂ ਕਹਿੰਦਾ ਹਾਂ ਨਹੀਂ ਫੁੱਲ ਨਿਕਲਣ ਫੁੱਲ ਮੁਸਕਣ ਸੁਗੰਧੀ ਮਾਰਨ ਫਲ ਪੈਣ ਟਿੱਪਕ ਕੇ ਲਟਕਣ ਤੁਸੀਂ ਕਹੋਗੇ ਬ੍ਰਿਜ ਫੁੱਲ ਪਿਆ ਪੂਰਨ ਹੋ ਗਿਆ ਮੈਂ ਕਹਾਂਗਾ ਜੇ ਨਹੀਂ ਮੈਂ ਕਹਿੰਦਾ ਹਾਂ ਕਿ ਹੁਣ ਇੰਨਾ ਮਦ ਭਰੇ ਉਸ ਵਿੱਚ ਕਿ ਗੁੰਦ ਤੇ ਰਾਲ ਹੋ ਕੇ ਸ਼ਾਖ ਸ਼ਾਖ ਦੀ ਸੰਸਨ ਵਿੱਚੋਂ ਚੋਵੇ ਤੇ ਠੱਲਿਆ ਨਾ ਜਾਵੇ ਤਦ ਜੀਵਨ ਹੈ ਤਦ ਸੰਪੂਰਨ ਜੀਵ ਦਾ ਜੀਵਨ ਹੈ ਬਹਾਵਲ ਮੁਸ਼ਕ ਮਚਾਵੇ ਗੁਰੂ ਜੀ ਮੁਸ਼ਕ ਮਚਾਵੇ ਅੰਮ੍ਰਿਤ ਰਸ ਡੋਲੇ ਮਦ ਚੋਵੇ ਬਹਾਵਲ ਸਾਡੇ ਵਿੱਚ ਕੀ ਪੁੱਲ ਹੈ ਗੁਰੂ ਜੀ ਤੁਸੀਂ ਸਿੱਧੀਆਂ ਵਿੱਚੋਂ ਕਰਾਮਾਤੀ ਹੋ ਇਕਾਗਰੀ ਹੋ ਔਰ ਪਿਆਰ ਦੀ ਕਲਾਈ ਵਿੱਚ ਨਹੀਂ ਹੋ ਪਿਆਰੇ ਤੋਂ ਮੰਗਦੇ ਹੋ ਦਾਤਾ ਪਿਆਰੇ ਤੋਂ ਪਿਆਰੇ ਦਾ ਆਪਾ ਨਹੀਂ ਮੰਗਦੇ ਪਿਆਰੇ ਦਾ ਆਪਾ ਤੁਹਾਡੇ ਆਪੇ ਨਾਲ ਲਾ ਕੇ ਬਿਜਲੀ ਛੋ ਵਾਂਗੂ ਛੋਂਦਾ ਨਹੀਂ ਰੋਂ ਰੁਮਕਾ ਨਹੀਂ ਮਾਰਦੀ ਜਾਗ ਨਹੀਂ ਆਉਂਦੀ ਮਾਇਆ ਬਿਸਮਾਤ ਦਾ ਤਲਿਸਮ ਨਹੀਂ ਟੁੱਟਦਾ ਰੂਹ ਦੇ ਬਿਸਮਾਤ ਦਾ ਅੰਦਰ ਭੋਕਾ ਨਹੀਂ ਬਲ ਉੱਠਦਾ ਵਾਡਾ ਆਪ ਜਗਤ੍ਰishna ਵਿੱਚ ਅਗਿਆਨ ਵਿੱਚ ਉੱਚ ਜੀਵਨ ਦੇ ਵਿਛੋੜੇ ਵਿੱਚ ਜਲ ਰਿਹਾ ਹੈ। ਲਉ ਲਉ ਦੀ ਖੁਰਕ ਨਾਲ ਪੀੜਿਤ ਹੈ। ਤੁਸੀਂ ਉਸ ਨੂੰ ਮਦਦਾਂ ਦੇਂਦੇ ਹੋ। ਹੋਰ ਅਗ ਤੇ ਤੇਲ ਪਾਉਂਦੇ ਹੋ। ਤੁਸੀਂ ਖੁਰਕ ਨੂੰ ਦਵਾਈ ਨਹੀਂ ਦਿੰਦੇ। ਨੋਹ ਦਿੰਦੇ ਹੋ ਕਿ ਹੋਰ ਖੁਰਕ ਛਿੜੇ। ਖਫੇ ਨਹੀਂ ਹੋਣਾ। ਤੁਸੀਂ ਜ਼ੁਹਦ ਕਰਕੇ ਰਾਤਾਂ ਜਾ ਕੇ ਫਾਕੇ ਕੱਟ ਕੇ ਵਿਰਾਗ ਕਰਕੇ ਨਫਸ ਨੂੰ ਨਪ ਕੇ ਇਕਾਗਰ ਹੋ ਕੇ ਨਾਮ ਪਿਆਰੇ ਦਾ ਲੈ ਕੇ ਅਜੇ ਵੀ ਮਾਇਆ ਬਿਸਮਾਦ ਵਿੱਚੋ ਇਸ਼ਕ ਦੀ ਲਹਿਰ ਬਿਜਲੀ ਕੜਕ ਵਾਂਗ ਠਮਾਕਾ ਨਹੀਂ ਦੇ ਗਈ ਉੱਚਾ ਨਹੀਂ ਕਰ ਗਈ ਪਿਆਰੇ ਦੇ ਪਿਆਰ ਵਿੱਚ ਕੋ ਨਹੀਂ ਗਈ ਜੇ ਕਿਸੇ ਵਿੱਚ ਪਿਆਰ ਦਾ ਕੁਝ ਰੁਖ ਹੈ ਵੀ ਤਾਂ ਪਿਆਰਾ ਮੈਨੂੰ ਪਿਆਰ ਕਰਦਾ ਹੈ ਕਿ ਨਹੀਂ ਇਸ ਦੀ ਪਰਖ ਨਹੀਂ ਤੁਸੀਂ ਜੇ ਕਿਤੇ ਭਗਤੀ ਵਾਲ ਆਉਂਦੇ ਹੋ ਤਾਂ ਰੱਬ ਦੇ ਆਸ਼ਿਕ ਬਣਦੇ ਹੋ ਆਖ ਦੇ ਵਸੇ ਪ੍ਰੇਮੀ ਹਾਂ ਉਸ ਬੁੱਤ ਸਨਮ ਬੇ ਮਹਿਰ ਸੰਗ ਦਿਲ ਵੀ ਆਖ ਜਾਂਦੇ ਹੋ ਆਸ਼ਿਕ ਨਾ ਬਣੋ ਰੱਬ ਨੂੰ ਮਾਸ਼ੂਕ ਨਾ ਬਣਾਓ ਤੁਸੀਂ ਮਾਸ਼ੂਕ ਬਣੋ ਰੱਬ ਨੂੰ ਆਸ਼ਿਕ ਬਣਾਓ ਫਰੀਦ ਅਸੀਂ ਮਾਸ਼ੂਕ ਗੁਨੇਹਗਾਰ ਮਹਿਲੇ ਸਾਡੇ ਵਿੱਚ ਕੀ ਹੈ ਕਿ ਸਾਨੂੰ ਰੱਬ ਪਿਆਰ ਕਰੇ ਉਹ ਗੰਦਿਆਂ ਤੇ ਕਿਉਂ ਆਸ਼ਕ ਹੋਵੇ ਗੁਰੂ ਜੀ ਉਹ ਆਸ਼ਕ ਹੈ ਇਹ ਗੱਲ ਸੱਚੀ ਹੈ ਉਹ ਅਜ਼ਲ ਤੋਂ ਆਸ਼ਕ ਹੈ ਪਰ ਅਸੀਂ ਮਾਸ਼ੂਕ ਨਹੀਂ ਬਣਦੇ ਹਾਂ ਤਾਂ ਅਸੀਂ ਮਾਸ਼ੂਕ ਪਰ ਬਣਦੇ ਨਹੀਂ ਇਹ ਸੱਚ ਹੈ ਕਿ ਮਾਂ ਪੁੱਤ ਜੰਮਣ ਤੋਂ ਪਹਿਲਾਂ ਹੀ ਬੱਚੇ ਤੇ ਆਸ਼ਕ ਹੈ ਰਬ ਆਸ਼ਕ ਨਾ ਹੁੰਦਾ ਤਾਂ ਰਚਦਾ ਕਿਉਂ ਅਸੀਂ ਮਾਸ਼ੂਕ ਨਹੀਂ ਬਣਦੇ ਇਹੋ ਭੁੱਲ ਹੈ ਸਾਡੇ ਅੰਦਰ ਇਹ ਅੱਗ ਹੋਵੇ ਅਰਦਾਸ ਹੋਵੇ ਪੁੱਛ ਹੋਵੇ ਤਲਾਸ਼ ਹੋਵੇ ਫਿਰ ਕਿ ਅੱਗੇ ਰੱਖੀ ਹੈ ਜਿੱਦ ਸੇ ਦਰਬਾਰ ਮੂੰਹੋਂ ਕਿ ਬੋਲਣ ਬੋਲੀ ਹੈ ਜਿਤ ਸੁਣ ਤਰੇ ਪਿਆਰ ਅਸੀਂ ਕੀ ਕਰੀਏ ਕਿ ਰਬ ਸਾਨੂੰ ਪਿਆਰ ਕਰੇ ਅਸੀਂ ਉਹ ਕੁਝ ਬਣੀਏ ਜੋ ਉਸ ਨੂੰ ਪਿਆਰਾ ਲੱਗਦਾ ਅਸੀਂ ਆਪਣੇ ਅੰਦਰੋਂ ਬਦੀਆਂ ਗੰਦ ਮੈਲਾਪਨ ਕੋਹਜ ਬਦਸੂਰਤੀ ਦੂਰ ਕਰੀ। ਉਹ ਤਾਂ ਆਸ਼ਿਕ ਹੈ। ਅਸੀਂ ਇਸ लायक ਨਹੀਂ ਰਹੇ ਕਿ ਆਸ਼ਿਕ ਦੇ ਪਿਆਰ ਦੇ ਹੱਕਦਾਰ ਹੋ ਵੀਏ। ਵਿਣਗੁਣ ਕੀਤੇ ਭਗਤ ਨਾ ਹੋਏ। ਉਹ ਗੁਣ ਕੀ ਹੈ? ਉਹ ਹੈ ਅੰਦਰੋਂ ਗਹਿਰੀਅਤ, ਯਾਨੀ ਰੱਬ ਨਾਲ ਉਪਰਾਪਨ ਦੂਰ ਕਰੀਏ। ਮੰਦ ਰੁਖ ਜੋ ਰੱਬ ਤੋਂ ਛੁੱਟ ਹੋਰਨਾ ਵਾਲਾ ਹੈ। उसू उस वल मोड़िए उसने दस दिता है कि उसनों की प्यारा है वो रजा है रजा दे तीन अंग हैं सच प्यार ते लिव हाँ जी फिर दोहरा दे विण गुण ते भगत न होए, ओ गुण की है वो है अंदरों गैरियत रब न ओपरापन दूर करिए मन का रुख जो रब तो छुट और वल है उसू उस वल मोड़ी है उसने दस दिता है कि उसू की प्यारा है वो रजा है रजा दे तीन अंग सच प्यार ते लिव फरीद जी जो दिसदा नहीं उसका प्यार किमें गुरु जी दूसरी पुल है इश्क मिजाजी दी मन नु किसे दे प्यार विच गर्क करके फिर उतो पुट के ਰੱਬ ਚ ਲਾਉਂਦੇ ਹੋ ਮਨ ਫਿਰ ਨਿਕਲਦਾ ਨਹੀਂ ਮਨ ਨੂੰ ਮੁੜ ਤੋਂ ਹੀ ਮਜਾਜ਼ ਦਾ ਆਸ਼ਿਕ ਨਾ ਬਣਾਓ ਨਾ ਇਸਤਰੀ ਦਾ ਨਾ ਪੁੱਤਰ ਦਾ ਨਾ ਸੋਹਣੇ ਦਾ ਨਾ ਸੋਹਣੀ ਸ਼ਹਿਦ ਮਨ ਨੂੰ ਰੱਬ ਦਾ ਮਾਸ਼ੂਕ ਬਣਾਓ ਤੇ ਆਪਣੇ ਵਿੱਚ ਮਾਸ਼ੂਕਾਂ ਵਾਲੇ ਗੁਣ ਭਰੋ ਔਗੁਣ ਕੱਢੋ ਬਾਤਰ ਬਣੋ ਫਿਰ ਓਮੀ ਜੋ ਮਿਹਰ ਹੈ ਜੋ ਸਦਾ ਨਿਰਧਾਰ ਧਾਰ ਤੁਰੋਂ ਵਸ ਰਿਹਾ ਹੈ ਸਾਡੀ ਰੂਹ ਨੂੰ ਪਕੜ ਕੇ ਤਰੋ ਤਾਜ਼ਾ ਕਰ ਲੇਗਾ। ਇਸ਼ਕ ਅਸਾਂ ਕੀ ਕਰਨਾ ਹੈ ਅਸਾਂ ਸਦਾ ਦੇ ਆਸ਼ਿਕ ਦੇ ਇਸ਼ਕ ਦਾ ਪਾਤਰ ਬਣਨਾ ਹੈ। ਹਾਂਜੀ ਫਿਰ ਦੁਹਰਾ ਦੇਈ। ਦੂਸਰੀ ਪੁਲ ਹੈ ਇਸ਼ਕ ਮਜਾਜ਼ੀ ਦੀ। ਮਨ ਨੂੰ ਕਿਸੇ ਦੇ ਪਿਆਰ ਵਿੱਚ ਗਰਕ ਕਰਕੇ ਫਿਰ ਉਥੋਂ ਕੁੱਟ ਕੇ ਰੱਬ ਵਿੱਚ ਲਾਉਂਦੇ ਹੋ। ਮਨ ਫਿਰ ਨਿਕਲਦਾ ਨਹੀਂ। ਮਨ ਨੂੰ ਮੁੜ ਤੋਂ ਹੀ ਮਜਾਜ਼ ਦਾ ਆਸ਼ਿਕ ਨਾ ਬਣਾ। ਨਾ ਇਸਤਰੀ ਦਾ ਨਾ ਪੁੱਤਰ ਦਾ ਨਾ ਸੋਨੇ ਦਾ ਨਾ ਸੋਹਣੀ ਸ਼ਹਿਦ ਮਨ ਨੂੰ ਰੱਬ ਦਾ ਮਾਸ਼ੂਕ ਬਣਾਓ ਤੇ ਆਪਣੇ ਵਿੱਚ ਮਾਸ਼ੂਕਾਂ ਵਾਲੇ ਗੁਣ ਭਰੋ ਔਗੁਣ ਕੱਢੋ ਪਾਤਰ ਬਣੋ ਫਿਰ ਓਮੀ ਜੋ ਮਿਹਰ ਹੈ ਜੋ ਸਦਾ ਨਿਚਰਤਾਰ ਤਰੋਂ ਵਸ ਰਿਹਾ ਹੈ ਸਾਡੀ ਰੂਹ ਨੂੰ ਪਕੜ ਕੇ ਤਰੋ ਤਾਜ਼ਾ ਕਰ ਲੇਗਾ ਇਸ਼ਕ ਅਸਾਂ ਕੀ ਕਰਨਾ ਹੈ ਅਸਾਂ ਸਦਾ ਦੇ ਆਸ਼ਿਕ ਦੇ ਇਸ਼ਕ ਦਾ ਪਾਤਰ ਬਣਨਾ ਸਜਣੋ ਨੂਰ ਆਸ਼ਕ ਐ ਸ਼ੀਸ਼ੇ ਦਾ ਨੂਰ ਸ਼ੀਸ਼ੇ ਦੀ ਖਾਤਰ ਵਰਸ ਰਿਹਾ ਹੈ ਫੈਲ ਰਿਹਾ ਹੈ ਸ਼ੀਸ਼ਾ ਹੋ ਜਾਓ ਜੋ ਨੂਰ ਤੋੜੇ ਰਗੋ ਰੇਸ਼ੇ ਵਿੱਚ ਵਸ ਜਾਵੇਗਾ ਪੱਥਰ ਹੋ ਕੇ ਨੂਰ ਦੀ ਆਸ਼ਕੀ ਦਾ ਦਮ ਨਾ ਪਾਰੋ ਪਿਸ ਜਾਓ ਅੱਗ ਵਿੱਚ ਪੈ ਜਾਓ ਪਿਗਲ ਜਾਓ ਮੈਲ ਕੱਢ ਦਿਓ ਬਲੌਰ ਬਣ ਕੇ ਨਿਕਲ ਆਓ ਜਾਨਣਾ ਤੁਹਾਡੇ ਵਿੱਚ ਹੀ ਪਰਵੇਸ਼ ਕਰਨ ਨੂੰ ਤੁਹਾਨੂੰ ਹੀ ਮੁਨਵਰ ਕਰਨ ਨੂੰ ਚਮਕਾਉਣ ਤੇ ਡਲਕਾ ਦੇਣ ਨੂੰ ਆਸ਼ਿਕ ਹੋਇਆ ਹੋਇਆ ਹੈ ਆਸ਼ਿਕ ਨਾ ਬਣੋ ਕੁੜੀਆਂ ਮੁੰਡਿਆਂ ਤਰੀਮ ਤਾਂ ਜਾਨਵਰਾਂ ਪਦਾਰਥਾਂ ਦੇ ਮਾਸ਼ੂਕ ਬਣੋ ਆਪਣੇ ਅਜ਼ਲੀ ਅਮਰੀ ਤੌਰ ਤੇ ਆਦ ਦੇ ਆਸ਼ਿਕ ਬੇ ਮੁੱਢੀ ਇਥੋਂ ਕਰੋ ਕਿ ਅਦਬ ਵਿੱਚ ਰਹੀਏ ਕਿਉਂਕਿ ਔਗਣਾ ਵਾਲੇ ਹੋ ਫਿਰ ਔਗਣ ਕੱਢੋਗੇ ਸ਼ੁੱਧ ਹੋਵੋਗੇ ਹਾਂਜੀ ਫਿਰ ਦੁਹਰਾ ਦਿਓ ਆਸ਼ਿਕ ਨਾ ਬਣੋ ਕੁੜੀਆਂ ਮੁੰਡਿਆਂ ਤਰੀਮ ਤਾਂ ਜਾਨਵਰਾਂ ਪਦਾਰਥਾਂ ਦੇ ਮਾਸ਼ੂਕ ਬਣੋ ਆਪਣੇ ਅਜ਼ਲੀ ਅਮਰੀ ਤੁਰ ਤੇ ਆਦ ਦੇ ਆਸ਼ਿਕ ਦੇ ਮੋਢੀ ਇਥੋਂ ਕਰੋ ਕਿ ਅਦਬ ਵਿੱਚ ਰਹੀਏ ਕਿਉਂਕਿ ਔਗਣਾਂ ਵਾਲੇ ਹੋ ਫਿਰ ਔਗਣ ਕੱਢੋਗੇ ਸ਼ੁੱਧ ਹੋਵੋਗੇ ਹਾਂ ਪਿਆਰੇ ਦੇ ਪ੍ਰੀਤਮ ਤਦ ਹੀ ਬਣੋਗੇ ਜਦੋਂ ਪਿਆਰਾ ਤੁਸਾਂ ਵਿੱਚ ਵਸ ਜਾਏਗਾ ਫਿਰ ਤੁਸੀਂ ਬਲੌਰ ਵਾਂਗੂ ਰੱਬੀ ਜਲਵੇ ਦਾ ਨੂਰ ਦਾ ਬੁੱਕਾ ਬਣ ਕੇ ਨੂਰਦਾਨ ਕਰੋਗੇ ਤਦੋਂ ਦੁਨੀਆ ਤੁਹਾਥੋਂ ਮੁਨਵਰ ਹੋ ਜਾਵੇਗੀ ਤੁਸੀਂ ਮਾਇਆ ਬਿਸਮਾਦ ਦਾ ਹਨੇਰਾ ਕੱਢ ਦਿਓਗੇ ਤੁਸੀਂ ਰੂਹਾਂ ਵਿੱਚ ਤੇ ਮਨਾਂ ਵਿੱਚ ਪਰਮੇਸ਼ਰ ਦਾ ਉੱਚ ਸੁਪਨਾ ਦੇ ਕੇ ਮਾਇਆ ਤਲਸਮ ਤੋੜ ਦਿਓਗੇ ਤੁਸੀਂ ਉੱਚੇ ਹੋਏ ਮਨ ਨੂੰ ਰੱਬੀ ਚਰਨਾਂ ਹਟ ਵਿੱਚ ਲਿਆ ਕੇ ਜਗਾ ਦੇਓਗੇ। ਜਾ ਕੇ ਮਨ ਇਲਾਹੀ ਜਫੀ ਵਿੱਚ ਪਿਆਰੇ ਦੀ ਕਲਾਈ ਵਿੱਚ ਸੱਚ ਸੁਭਾਨ ਸਦਾ ਸੁੰਦਰ ਪ੍ਰੇਮ ਰੂਪ ਦੀਆਂ ਠੰਡੀਆਂ ਜਫੀਆਂ ਵਿੱਚ ਭਾ ਕੇ ਅਲੂਈਅਤ ਨਾਲ ਪਰਦੇਓਗੇ। ਹਾਂ ਜਨ ਦਾ ਬੰਦੇ ਦਾ ਇੱਥੇ ਆਉਣ ਦਾ ਧਰਮ ਇਹ ਹੈ ਕਿ ਮੋਏ ਮਨ ਜੀਉ ਦੇ ਕਰਦੇ। ਵਿਦਿਆ ਵਿਦਿਆ ਧਾਰੀਆਂ ਪਾਸ ਬਹੁਤ ਹੈ। ਭਾਵੇਂ ਖਲਕਤ ਮੂਰਖਤਾ ਵਿੱਚ ਹੈ। ਤਪ ਹੱਥ ਇਕਾਗਰਤਾ ਫਕੀਰਾਂ ਤੇ ਸਿੱਧਾਂ ਪਾਸ ਬਹੁਤ ਹੈ। ਕਥਾ ਵਾਰਤਾ ਸਮਝ ਸਮਝੌਤਾ ਪੀਰੀ ਮੁਰੀਦੀ ਗੁਰੂ ਚੇਲਾ ਤੀਰਥ ਪੂਰ ਵਿਸ਼ਣਨ দান ਪੁੰਨ ਨਮਾਜ਼ ਰੋਜ਼ੇ ਬਰਤ ਆਦੀ ਪੁਜਾਰੀਆਂ ਮੋਲਵੀਆਂ ਪਾਸ ਸਭ ਕੁਝ ਹੈ। ਪਰ ਜੀਵਨ ਕਣੀ ਨਹੀਂ ਹੈ। ਸਭ ਤਾਂ ਗਿਲਾਨੀ ਨਫਰਤ ਪ੍ਰਦਾਨ ਹੈ ਮਾਇਆ ਦਾ ਤਲਸਮ ਮਜ਼ਬੂਤ ਹੈ ਸਭ ਗੱਲ ਜੋ ਸਾਧਨ ਰੂਪ ਆਉਂਦੀ ਹੈ ਉਹ ਅਨਾਰੀਆਂ ਦੇ ਹੱਥ ਵਿੱਚ ਆ ਕੇ ਮਾਇਆ ਦੇ ਜ਼ੰਜੀਰ ਦੀ ਇੱਕ ਹੋਰ ਕੜੀ ਬਣ ਜਾਂਦੀ ਹੈ ਇਹ ਕੜੀ ਤੋੜਨੀ ਹੈ ਹਾਂ ਮਨਾਂ ਦੇ ਬਜੇ ਕਣਾ ਨੂੰ ਤੋੜਨਾ ਹੈ ਸੋ ਦੱਸੋ ਟੁੱਟਦਾ ਹੈ ਕਿ ਨਹੀਂ ਫਿਰ ਦੁਰਾ ਦੇਈ माया ਦਾ ਤਲਸਾ ਮਜ਼ਬੂਤ ਹੈ ਸਭ ਗਲ ਜੋ ਸਾਧਨ ਰੂਪ ਹੁੰਦੀ ਹੈ ਉਹ ਅਨਾੜੀਆਂ ਦੇ ਹੱਥ ਵਿੱਚ ਆ ਕੇ ਮਾਇਆ ਦੇ ਜ਼ੰਜੀਰ ਦੀ ਇੱਕ ਹੋਰ ਕੜੀ ਬਣ ਜਾਂਦੀ ਹੈ ਇਹ ਕੜੀ ਤੋੜਨੀ ਹੈ ਹਾਂ ਮਨਾਂ ਦੇ ਵੱਜੇ ਕੜਾਂ ਨੂੰ ਤੋੜਨਾ ਹੈ ਸੋ ਦੱਸੋ ਟੁੱਟਦਾ ਹੈ ਕਿ ਨਹੀਂ ਬਹਾਵਲ ਗਲ ਬਹੁਤ ਪਤੇ ਦੀ ਹੈ ਪਰ ਬਰੀਕ ਹੈ ਸਮਝ ਵਿੱਚ ਤਾਂ ਆ ਗਈ ਹੈ ਪਰ ਇਹ ਮਿਹਰ ਹੈ ਆਪਣੀ ਕੀਤੀ ਦੀ ਗੱਲ ਨਹੀਂ ਜਾਪਦੀ ਗੁਰੂ ਜੀ ਹਾਂ ਰਾਤ ਹੈ ਹਨੇਰਾ ਹੈ ਦੀਵੇ ਬਾਲੇ ਭਾਂਬੜ ਮਚਾਏ ਹਨੇਰਾ ਨਹੀਂ ਜਾਂਦਾ ਢੋਲ বাজਾਏ ਵਾਜੇ ਕੁੱਟੇ ਹਨੇਰਾ ਨਹੀਂ ਨਸਦਾ ਚੰਦ ਹਾਰਦਾ ਤੇ ਤਾਰੇ ਥੱਕ ਕੇ ਟਰ ਜਾਂਦੇ ਹਨ ਪਰ ਉਹ ਦੇਖੋ ਸੂਰਜ ਆਇਆ ਹਨੇਰੇ ਜਾਂਦੇ ਦਾ ਥਾਂ ਨਹੀਂ ਲੱਗਾ ਸੂਰਜ ਚੜਿਆ ਹਨੇਰਾ ਕਦੇ ਸੀ ਹੀ ਨਹੀਂ ਰੂਹ ਨੂੰ ਮਨ ਨੂੰ ਅੰਦਰਲੇ ਨੂੰ ਸਿੱਧਾ ਪਿਆਰੇ ਦੇ ਚਾਨਣੇ ਹੇਠ ਲਿਆਓ ਬਸ ਮੁਨਵਰ ਹੋ ਗਏ ਗਏ ਹਨੇਰੇ ਤੇ ਧੁੰਦ ਕੋਹੀੜ ਗਏ ਜਾਂਦੇ ਫਿਰ ਦਿਸੇ ਨਹੀਂ ਤੁਸੀਂ ਕਰੋ ਮੁਸ਼ਕਕਤ ਕਾਲੋ ਕਾਲ ਸੱਚ ਤੇ ਟੁਰੋ ਹਜ਼ੂਰੀ ਵਿੱਚ ਵਸੋ ਰੂਹ ਅੰਦਰਲੇ ਦਾ ਉਸ ਦੇ ਪਿਆਰ ਤੇਜ ਦੇ ਸਾਹਮਣੇ ਰੱਖੋ ਫਿਰ ਮਿਹਰ ਉਹ ਕਰਦਾ ਮੇਰ ਉਸ ਦਾ ਧਰਮ ਹੈ ਉਸ ਦਾ ਕਰਮ ਹੈ ਹਾਂ ਉਸ ਦਾ ਰੂਪ ਹੈ ਉਤਾ ਸਦਾ ਪ੍ਰੇਮ ਹੈ ਸਦਾ ਮੇਰ ਹੈ ਪਰ ਸਾਡਾ ਰੁਖ ਹੀ ਹੋਰ ਵੀ ਹੈ ਜੀਵਨ ਕਣੀ ਅੰਦਰ ਆਵੇ ਜੀਉ ਪਈਏ ਇਹ ਹੈ ਮੇਰਾ ਸੰਦੇਸ਼ ਇਹ ਕਣੀ ਲੈ ਕੇ ਮੈਂ ਆਇਆ ਜੇ ਤੁਸਾਂ ਪਾਸ ਹੈ ਤਾਂ ਵਾ ਵਾ ਨਹੀਂ ਤਾਂ ਲਓ ਪਿਆਰ ਦੇ ਨਾਮ ਤੇ ਲੁਟਾਰਿਆ ਹਾਂ ਹਾਂਜੀ ਫਿਰ ਦੋ ਰਾਹ ਦੇ ਜੀਵਨ ਕਣੀ ਅੰਦਰ ਆਵੇ ਜੀਓ ਪਈਏ ਇਹ ਹੈ ਮੇਰਾ ਸੰਦੇਸ਼ ਇਹ ਕਣੀ ਲੈ ਕੇ ਮੈਂ ਆਇਆ ਹਾਂ ਜੇ ਤੁਸਾਂ ਪਾਸ ਹੈ ਤਾਂ ਵਾ ਵਾ ਨਹੀਂ ਤਾਂ ਲਓ ਪਿਆਰ ਦੇ ਨਾਮ ਤੇ ਲੁਟਾਰਿਆ ਹਾਂ ਇਹ ਕਹਿ ਕੇ ਮਹਾਰਾਜ ਚੁੱਪ ਹੋ ਗਏ ਐਉਂ ਪ੍ਰਤੀਤ ਦਿੱਤਾ ਕਿ ਕਿਤੇ ਗੁਮ ਹੁੰਦੇ ਜਾਂਦੇ ਹਨ ਪ੍ਰਭਾਵ ਵੀ ਇਹੋ ਛਾ ਗਿਆ ਸਾਰੇ ਨੈਣ ਬੰਦ ਗਏ ਗੁਮ ਹੋ ਗਏ ਕਿਤੇ ਡੁੱਬ ਗਏ ਕੁਝ ਘੜੀਆਂ ਬਾਅਦ ਸਤਿਗੁਰ ਨੇ ਨੇਣ ਕਮਲ ਨੇਣ ਖੋਲੇ ਬੋਲੇ ਵਾਹਿਗੁਰੂ ਸਾਰੇ ਨੇਣ ਖੁੱਲ ਸ਼ਰੀਰ ਹਲਕੇ ਫੁੱਲ ਹੋ ਰੇ ਸਨ ਇੱਕ ਤਾਜ਼ਗੀ ਸੀ ਇੱਕ ਤਰੋਤ ਸੀ ਮਨ ਦਾ ਰੁਖ ਦ੍ਰਿਸ਼ਟਾ ਸੀ ਤੇ ਉਮਾ ਸੀ ਤਲਤਾਈ ਤੇ ਰਸ ਸੀ ਐਉਂ ਜਾਪਦਾ ਸੀ ਕਿ ਕੋਈ ਅਣਡਿੱਠ ਤਾਕਤ ਪਿਆਰ ਤੇ ਰਸ ਜਿਸ ਦਾ ਰੂਪ ਹੈ ਸਾਡੇ ਆਪੇ ਵਿੱਚ ਆਪਾ ਹੋ ਕੇ ਰਸ ਗਈ ਮਨ ਫੋਕੀ ਇਕਾਗਰਤਾ ਤੋਂ ਉੱਠ ਕੇ ਕਿਸੇ ਉੱਚੀ ਉਚਾਈਆਂ ਵਿੱਚ ਹੋ ਗਏ ਹਨ ਗੁਰੂ ਬਾਬਾ ਸਜਣੋ ਇਹ ਹੈ ਪਿਆਰੇ ਦਾ ਪਿਆਰ ਇਸ ਵਿੱਚ ਜਿਓ ਇਸ ਵਿੱਚ ਜਿਵਾਓ ਲੂ ਲੂ ਵਣਤਣ ਪਿਆਰਾ ਹੈ ਪਿਆਰੇ ਦਾ ਨਾਮ ਹਰ ਜੀਵ ਤੇ ਤਰਦਿਓ ਪਿਆਰੇ ਦੇ ਪਿਆਰ ਦੀ ਮਿਹਰ ਕੰਨ ਵਿੱਚ ਪਾ ਦਿਓ ਪਿਆਰੇ ਵੱਲ ਰੁਖ ਮੋੜ ਦਿਓ ਪਿਆਰ ਲਹਿਰਾ ਲਹਿਰਾ ਦਿਓ ਹਰ ਪ੍ਰਾਣੀ ਅੰਦਰੋਂ ਜਾਗਤਾ ਹੋ ਜਾਵੇ ਤੇ ਅੰਦਰੋਂ ਅਨਭਾਉ ਵਿੱਚ ਇਲਹਾਮ ਵਿੱਚ ਰੱਬੀ ਰੌਂ ਤਰੰਗ ਵਿੱਚ ਤੇ ਮੇਲ ਵਿੱਚ ਵਸੇ ਇਹ ਪਿਆਰੇ ਦਾ ਸੰਦੇਸ਼ ਹੈ ਇਸ ਪ੍ਰਕਾਰ ਸਤਗੁਰ ਨੇ ਸਾਰਿਆਂ ਦੇ ਰੁਖ ਵਟਾਏ ਸੱਚਾ ਰਸਤਾ ਦੱਸਿਆ 4 ਮਹੀਨੇ 11 ਦਿਨ ਉਥੇ ਰਹੇ ਜਿੱਥੇ ਬੈਠ ਕੇ ਆਪ ਨੇ ਇਹ ਜੀਦਾਨ ਦਿੱਤੇ ਉਥੇ ਅੱਜ ਤੱਕ ਗੁਰਦੁਆਰਾ ਹੈ ਇੱਕ ਇੱਕ ਫਕੀਰ ਐਸੇ ਫਕੀਰ ਨੂੰ ਸਵਾਰਨ ਨਾਲ ਉਹਨਾਂ ਦੇ ਮਗਰ ਲੱਗੇ ਹਜ਼ਾਰਾਂ ਜੀਆ ਦਾ ਭਲਾ ਹੋ ਜਾਂਦਾ ਸੀ ਰੋਸ਼ਨੀ ਮਿਲ ਜਾਂਦੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ